ਕਾਲ ਸ੍ਰੀ ਹਰਗੋਬਿੰਦ ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੋਰ ਮਜ਼ਬੂਤ ਹੋ ਗਏ ਨੇ। ਇੱਥੇ 10 ਦੇ ਕਰੀਬ ਕਾਂਗਰਸੀ ਪੰਚਾਂ ਤੇ ਸਰਪੰਚਾਂ ਨੂੰ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ 'ਚ ਸ਼ਾਮਿਲ ਕੀਤਾ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਆਗੂ ਰਾਜਨਵੀਰ ਦੇ ਹੱਕ ਵਿੱਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਮਜੀਠੀਆ ਨੇ ਜਿੱਥੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ, ਉੱਥੇ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਸਾਧੇ ਨੇ। क्योंकि गर्मी बहुत है, मजीठिया साहब के अगे भी प्रोग्राम ने मजीठिया साहब लाडी जी शामिल काले कानूनों के खिलाफ देखो एको पार्टी ने मजीरी छी और एको ਐਡਾ ਵੱਡਾ ਮੈਂ ਕਹਿ ਸਕਦਾ ਅਸਤੀਫਾ ਦੇ ਕੇ ਆਪਦਾ ਯੋਗਦਾਨ ਪਾਇਆ ਔਰ ਉਸ ਦਿਨ ਇਹ ਸਭ ਤੋਂ ਵੱਡਾ ਨੈਸ਼ਨਲ ਇੰਟਰਨੈਸ਼ਨਲ ਮੁੱਦਾ ਬਣ ਗਿਆ ਕਿ ਐਨਡੀਏ ਦਾ ਸਭ ਤੋਂ ਪੁਰਾਣਾ ਸਹਿਯੋਗੀ ਵਾਜਪਾਈ ਤੇ ਬਾਦਲ ਸਾਹਿਬ ਦੀ ਜਿਹੜੀ ਸਾਂਝ ਸੀ ਉਸ ਨੂੰ ਅਲਵਿਦਾ ਕਹਿੰਦਿਆਂ ਹੋਇਆ ਕਿਸਾਨੀ ਸੰਘਰਸ਼ ਦੇ ਹੱਕ 'ਚ ਅਸਤੀਫਾ ਨਹੀਂ ਦਿੱਤਾ, ਕੇਵਲ ਠੋਕ ਕੇ ਉੱਥੇ ਪਾਰਲੀਮੈਂਟ 'ਚ ਉਹਦਾ ਵਿਰੋਧ ਕੀਤਾ ਔਰ ਜਿਹੜੇ ਕਾਂਗਰਸ ਦੇ ਵੀਰ ਨੇ ਮੇਰੇ ਵੀਰੋ ਉਹਨਾਂ ਦੇ 44 MP ਸੀ 54 MP ਪਾਰਲੀਮੈਂਟ 'ਚ ਔਰ ਸੋਨੀਆ ਗਾਂਧੀ ਮੈਂ ਇੱਕ ਦਿਨ ਦੇਖ ਰਿਹਾ ਸੀਗਾ 243 ਦੇ ਕਹਿਣ ਵਾਂਗੂ ਪਹਿਲਾਂ ਤਾਂ ਪੱਪੂ ਹੀ ਆਖਦਾ ਹੁੰਦਾ ਸੀ ਨਾ ਰਾਹੁਲ ਨੂੰ, ਹੁਣ ਭਾਵੇਂ ਪਾਪਾ ਆਖਣ ਲੱਗ ਗਿਆ ਜੇ ਕੋਈ ਆਉਂਦਾ ਕੋਈ ਦੇ ਦਿੰਦਾ ਫਿਰ ਪਾਪਾ ਵੀ ਆਖਣ ਬਣਾਉਣਾ ਪੈ ਜਾਂਦਾ ਪੱਪੂ ਨੂੰ। ਉਹ ਪੱਪੂ ਉਹ 3 ਜਹਾਜ਼ ਫੜ ਕੇ ਉਹ ਤੇ ਉਹਦੀ ਮੰਮੀ ਮੇਰੇ ਲਈ ਤਾਂ ਸਤਿਕਾਰਯੋਗ, ਮੈਂ ਤਾਂ ਸਤਿਕਾਰ ਨਾਲ ਭੈਣਾਂ ਦਾ ਨਾਂ ਲੈਣਾ, ਮਗਰ ਇਹ ਕੀ ਬੁਲਾਉਂਦਾ ਹੁੰਦਾ ਸੀ 243 ਸੋਨੀਆ ਗਾਂਧੀ ਨੂੰ ਮੁੰਨੀ, ਇਹ ਦੋਵੇਂ ਅਮਰੀਕਾ ਨੂੰ ਚੜ ਗਏ ਸੀ ਔਰ ਹੁਣ ਮੈਂ ਵੇਖ ਰਿਹਾ ਸੀ ਕਿ ਦਿਨ ਟਰੈਕਟਰ ਚਲਾਈ ਜਾਂਦਾ ਸੀਗਾ ਪਾਰਲੀਮੈਂਟ ਨੂੰ। ਪਹਿਲਾਂ ਤਾਂ ਮੈਨੂੰ ਇਹੀ ਡਰ ਲੱਗੀ ਕਿ ਕਿਸੇ ਨੂੰ ਥੱਲੇ ਨਾ ਦੇ ਦੇ ਉਸ ਦਿਨ, ਉਹਨੂੰ ਵਿਚਾਰੇ ਨੂੰ ਟਰੈਕਟਰ ਦੀ ਕੀ ਜਾਂਚ ਹੈ, ਮਗਰ ਜਿਸ ਦਿਨ ਅਮਰੀਕਾ ਨੂੰ ਚੜਿਆ ਸੀ ਉਸ ਦਿਨ ਨਾ ਧਿਆਨ ਆਇਆ ਕਿ ਅੱਜ ਕਾਲੇ ਕਾਨੂੰਨ ਪਾਸ ਹੋਣੇ ਤਾਂ ਮੈਨੂੰ ਪਾਰਲੀਮੈਂਟ 'ਚ ਰਹਿਣਾ ਚਾਹੀਦਾ ਸੀ, ਨਹੀਂ ਰਹੇ, ਭਾਜਪਾ ਨਾਲ ਰਲ ਕੇ ਖੇਡੇ। ਔਰ ਵੱਡੀ ਗੱਲ ਹੈ ਕਿ ਰਾਜ ਸਭਾ 'ਚ ਕਾਂਗਰਸ ਦੀ ਅਲਾਇੰਸ ਦੇ ਨੰਬਰ ਵੱਧ ਸੀ UPA ਦੇ, ਮਗਰ ਉਸ ਦਿਨ ਵੀ ਇਹਨਾਂ ਨੇ ਕੋਈ ਵਿਪ ਜਾਰੀ ਨਹੀਂ ਕੀਤੀ। ਜੇ ਵਿਪ ਜਾਰੀ ਹੁੰਦੀ ਸਾਰੇ ਕਾਂਗਰਸ ਦੇ ਤੇ ਸਹਿਯੋਗੀ MP ਰਾਜ ਸਭਾ 'ਚ ਹਾਜ਼ਰ ਰਹਿੰਦੇ ਤੇ ਰਾਜ ਸਭਾ 'ਚੋਂ ਕਦੇ ਕਾਲੇ ਕਾਨੂੰਨ ਪਾਸ ਨਹੀਂ ਹੋਣੇ। ਮੈਨੂੰ ਇਸ ਗੱਲ ਦਾ ਮਾਣ ਹੈ, ਲੋਕੀ ਮੰਗਲ ਸਾਹਿਬ ਵਿਧਾਨ ਸਭਾ 'ਚ ਬੈਠੇ ਸੀ ਜਿਸ ਦਿਨ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਨੇ ਸ਼ੰਦਿਅਤਰ ਰਚਿਆ, ਉਸ ਦਿਨ ਹੀ ਮੈਂ ਕਹਿਤਾ ਸੀਗਾ, ਮੈਂ ਕਿਹਾ ਕੈਪਟਨ ਸਾਹਿਬ ਕਾਲੇ ਕਾਨੂੰਨ ਰੱਦ ਹੋਣ ਦੀ ਗੱਲ ਹੈ, ਇਹ 'ਚ ਸੋਚ ਦੀ ਗੱਲ ਨਹੀਂ, ਤੁਸੀਂ ਵੀ ਦਿੱਲੀ ਨਾਲ ਰਲ ਕੇ ਖੇਡ ਰਹੇ ਹੋ, ਇਹਦਾ ਕੱਖ ਨਹੀਂ ਬਣਨਾ ਪੰਜਾਬ 'ਚ ਕਾਲੇ ਕਾਨੂੰਨ ਲਾਗੂ ਰਹਿਣੇ। ਅੱਜ ਵੀ ਉਹੀ ਹਾਲਾਤ ਹੈ ਕਿ ਕਾਲੇ ਕਾਨੂੰਨ ਪੰਜਾਬ 'ਚ ਲਾਗੂ ਨੇ, ਜਿਹੜੇ ਦਿਲ ਪੰਜਾਬ ਦੀ ਵਿਧਾਨ ਸਭਾ 'ਚ ਰਲ ਕੇ ਖੇਡ ਰਹੇ ਹੈ ਕਾਂਗਰਸ ਪਾਰਟੀ ਦਿੱਲੀ ਨਾਲ, ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਔਰ ਇਹ ਜੇ ਲੋਕਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਮੇਰਾ ਤਾਂ 100 ਵਾਰੀ ਵਿਰੋਧ ਕਰਾ ਲਓ, ਮੈਂ ਪੁਲਿਸ ਵਾਲੇ ਵੀਰਾਂ ਨੂੰ ਵੀ ਕਹਿੰਦਾ ਵੇਖੋ ਤੁਸੀਂ ਨਾ ਕਰੋ ਇਹ ਕੰਮ, ਏਜੰਸੀਆਂ ਦੇ ਆਖੇ ਨਾ ਖੇਡੋ, ਇਹਨਾਂ ਸਾਜ਼ਿਸ਼ਾਂ ਦਾ ਹਿੱਸਾ ਨਾ ਬਣੋ। ਮੈਂ ਇੱਥੇ ਆਉਣਾ ਸੀ, ਚਲੋ ਕੋਈ ਮੈਨੂੰ ਗੁੱਸੇ ਨਾਲ ਮੇਰਾ ਵਿਰੋਧ ਕਰ ਲਏ, ਮੈਂ ਤਾਂ ਹੱਥ ਜੋੜੀ ਗਿਆ, ਮਗਰ ਵਿਰੋਧ ਗੱਡੀ ਨਾਲ ਜਦ ਕੋਈ ਆ ਕੇ ਟੱਕਰਾ ਮਾਰੂ ਜਾਂ ਕੋਈ ਸਾਡੇ ਸਪੋਰਟਰ ਨਾਲ ਗੁੱਸਾ ਚੜ ਗਿਆ ਕੋਈ ਮਸਲਾ ਤੇ ਨੁਕਸਾਨ ਹੋਊ, ਭਰਾ ਮਾਰੂ ਜੰਗ ਸ਼ੁਰੂ ਹੋਊ। ਔਰ ਇਹ ਸਾਰਾ ਕੁਛ ਮੌਜੂਦਾ SSP ਕਾਂਗਰਸ ਦੀ ਸਰਕਾਰ ਭਾਜਪਾ ਦੇ ਇਸ਼ਾਰੇ ਤੇ ਕਰਾ ਰਹੀ ਹੈ ਕਿ ਇਹ ਸਾਰੇ ਆਪਸ 'ਚ ਛਿੱਤਰੋ ਛਿੱਤਰੀ ਹੋ ਜਾਣ ਪੰਜਾਬ ਵਾਲੇ ਤੇ ਦਿੱਲੀ ਜਾ ਕੇ ਕੋਈ ਸਿੰਘੂ ਬਾਰਡਰ ਟਿੱਕਰੀ ਬਾਰਡਰ ਤੇ ਬੈਠਣ ਜੋਗਾ ਹੀ ਨਾ ਰਵੇ। ਇਹਨਾਂ ਗੱਲਾਂ ਤੋਂ ਵੀ ਸੁਚੇਤ ਰਹਿਣਾ ਪੈਣਾ। ਕੱਲ੍ਹ ਬਾਜਵਾ ਸਾਹਿਬ ਆਏ, ਉਹਨਾਂ ਦਾ ਤਾਂ ਵਿਰੋਧ ਕੋਈ ਨਹੀਂ ਕੀਤਾ, ਕਿਉਂ ਨਹੀਂ ਕੀਤਾ ਉਹਨਾਂ ਦਾ ਵਿਰੋਧ? ਉਹ ਤਾਂ ਅੱਗੇ ਦਿੱਲੀ ਜਦੋਂ ਕਾਲੇ ਕਾਨੂੰਨ ਪਾਸ ਹੋਣੇ ਸੀ ਮੈਂ ਅੱਗੇ ਦੱਸਿਆ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਕਿੱਥੇ ਸਨ ਤੇ ਵਿਰੋਧ ਉਹਨਾਂ ਦਾ ਵੀ ਬਣਦਾ ਸੀ। ਇਹਨਾਂ ਗੱਲਾਂ ਤੋਂ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਕੁਛ ਏਜੰਸੀਆਂ ਦੇ ਇਸ਼ਾਰੇ ਤੇ ਭਾਜਪਾ ਦੇ ਇਸ਼ਾਰੇ ਤੇ ਸਾਡੇ ਪ੍ਰੋਗਰਾਮਾਂ 'ਚ ਵਿਘਨ ਪਾਉਣ ਦੀ ਸ਼ਰਾਰਤ ਨਾਲ ਹੋ ਰਿਹਾ। ਇਹ ਗੱਲ ਤੋਂ ਆਪਾਂ ਨੂੰ ਸੁਚੇਤ ਰਹਿਣਾ ਪੈਣਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਪਾਰਟੀ 'ਚ ਸ਼ਾਮਿਲ ਹੋ ਰਹੇ ਆ ਔਰ ਮੈਂ ਸਮਝਦਾ ਇਹ ਰਾਜਨਵੀਰ ਜੀ ਦੀ ਸ਼ਖਸੀਅਤ ਕਰਕੇ ਹੋ ਰਿਹਾ। ਇਸ ਵੀਰ ਨੂੰ ਵੀ ਬੇਨਤੀ ਹੈ
ਕਿ ਭਰਾਵਾ ਐ ਨੀਵਾ ਹੋ ਕੇ ਰਹੀ ਐ ਨੀਵਿਆਂ ਨੂੰ ਫਲ ਲੱਗਦੇ ਆ ਹੱਥ ਜੋੜ ਕੇ ਰੱਖੀ ਤੇ ਜਿਹੜਾ ਮਿਲੇ ਉਹਨੂੰ ਘੁੱਟ ਕੇ ਜੱਫੀ ਪਾ ਲਈ ਆ ਪਾ ਕੇ ਉਠਾ ਮੈਨੂੰ ਪ੍ਰਿਆਣ ਸਾਹਿਬ ਨੂੰ ਜੱਫੀ ਵਾਲੀ ਚੱਲ ਭਾਰਤੀ ਜੋੜੀ ਚੱਲ ਫਿਰ ਨੀਵਿਆਂ ਨੂੰ ਰੱਬ ਆਪੇ ਮੇਹਰ ਕਰ ਦਿੰਦਾ ਬੱਲੇ ਬੱਲੇ ਕਰਾ ਦਿੰਦੇ ਸੱਚੇ।